ਸਾਸਟ੍ਰੀ ਕਾਲ ਦੋਸਤੋ criptocurrency ਮਾਰਕੀਟ ਦੀ ਗੱਲ ਕੀਤੀ ਜਾਵੇ ਤਾਂ ਇਹ ਪਿਛਲੇ 2-3 ਦਿਨਾਂ ਤੋਂ ਸਾਈਡਵੇਜ਼ ਹੀ ਬਣੀ ਹੋਈ ਹੈ ਟੋਟਲ ਮਾਰਕੀਟ ਕੈਪ ਜਿਹੜਾ ਹੈਗਾ ਉਹ ਡਾਲਰ 1.16 ਟ੍ਰਿਲੀਅਨ ਤੇ ਚੱਲ ਰਿਹਾ ਹੈਗਾ ਬਿਟਕੋਇਨ ਇਸ ਵੇਲੇ 27800 ਵਾਲੀ ਰੇਂਜ ਤੇ ਚੱਲ ਰਿਹਾ ਹੈ以thereum 1761 ਤੇ ਇਸੇ ਤਰ੍ਹਾਂ ਬਾਕੀ ਕੁਆਇਨਸ ਵੀ ਜਿਹੜੇ ਹੈਗੇ ਆ ਸਾਈਡਵੇਜ਼ ਹੀ ਹੈਗੇ ਆ ਮਾਰਕੀਟ ਵਿੱਚ ਕੋਈ ਜ਼ਿਆਦਾ ਮੂਵਮੈਂਟ ਨਹੀਂ ਹੋ ਰਹੀ ਤੇ ਹੁਣ ਆਪਾਂ ਬਿਟਕੋਇਨ ਦੇ ਚਾੜ ਤੇ ਚੱਲਦੇ ਹਾਂ ਬਿਟਕੋਇਨ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ 27883 ਡਾਲਰ ਤੇ ਚੱਲ ਰਿਹਾ ਹੈਗਾ ਤੇ ਦੇਖੋ ਵੀ ਕਿੰਨੇ ਦਿਨਾਂ ਤੋਂ ਇੱਥੇ ਹੀ ਇਹ ਕੰਸੋਲਿਡੇਸ਼ਨ ਜੀ ਹੋ ਰਹੀ ਏ 27000 ਤੱਕ ਜਾਂਦਾ ਹੈ ਬਿਟਕੋਇਨ 27000 ਤੱਕ ਜਾ ਕੇ ਦੁਬਾਰਾ ਫਿਰ 28000 ਤੱਕ ਯਾਨੀ ਕਿ ਉਹ 1000 ਡਾਲਰ ਵਾਲੀ ਜਿਹੜੀ ਹੈਗੀ ਉਹ ਮੂਵਮੈਂਟ ਹੋ ਰਹੀ ਏ ਹਰ ਰੋਜ਼ ਹੀ ਸਾਈਡਵੇਜ਼ ਹੀ ਚੱਲ ਰਿਹਾ ਹੈ ਤੇ ਬਾਕੀ ਜੇਕਰ ਇਥੋਂ ਇਹਨੇ ਕਿਸੇ ਪਾਸੇ ਨੂੰ ਜਾਣਾ ਹੈਗਾ ਤਾਂ ਆਪਣਾ ਪਹਿਲਾ ਲੈਵਲ ਜਿਹੜਾ ਹੈਗਾ 28500 ਵਾਲਾ 28500 ਤੋਂ ਉੱਪਰ ਜੇ ਕੋਈ ਕੈਂਡਲ ক্লোਜ਼ ਹੁੰਦੀ ਹੈ ਤਾਂ ਉਸ ਤੋਂ ਬਾਅਦ ਫਿਰ 29400 500 ਵਾਲੀ ਰੇਂਜ ਤੱਕ ਇਹ ਜਾ ਸਕਦਾ ਹੈ ਤੇ ਜੇਕਰ ਇਹ ਤੋਂ ਉਲਟ ਹੁੰਦਾ ਹੈ ਤਾਂ ਫਿਰ ਆਪਾਂ ਦੇਖੋ 27500 ਤੋਂ ਜੇ ਥੱਲੇ ਕੈਂਡਲ ক্লোਜ਼ ਹੁੰਦੀ ਹੈ ਤਾਂ ਫਿਰ 26500 ਤੱਕ ਵੀ ਆ ਸਕਦਾ ਹੈ ਤੇ ਜੇ ਆਪਾਂ ਵੀਕਲੀ ਚਾਰਟ ਤੇ ਚਲੀਏ ਤਾਂ ਵੀਕਲੀ ਚਾਰਟ ਤੇ ਦੇਖੋ ਕਿ ਇੱਕ ਆਪਣੀ ਏਡੀ ਲੰਮੀ ਗ੍ਰੀਨ ਕੈਂਡਲ ਬਣੀ ਤੇ ਉਸ ਤੋਂ ਬਾਅਦ ਜਿਹੜੀਆਂ ਦੋ ਹੈਗੀਆਂ ਨੇ ਰੈੱਡ ਕੈਂਡਲਸ ਬਣੀਆਂ ਹੈਗੀਆਂ ਤੇ ਜੇਕਰ 1-2 ਹਫਤੇ ਹੋਰ ਜਿਹੜਾ ਹੈਗਾ ਇਹ ਹੀ ਇਹਦਾ 27500 ਤੋਂ ਉੱਪਰ ਪ੍ਰਾਈਸ ਰਹਿੰਦਾ ਤੇ ਫਿਰ ਉਮੀਦ ਹੈਗੀ ਕਿ ਉਦੋਂ ਬਾਅਦ ਇਹ 30000 ਨੂੰ ਜਾਊਗਾ ਤੇ ਇਹ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਜਿਵੇਂ ਕਿ ਇਹ ਦੋ ਕੈਂਡਲਸ ਤਾਂ ਉੱਪਰ ਬਣ ਚੁੱਕੀਆਂ ਹੈਗੀਆਂ ਤੇ ਜੇਕਰ ਦੋ ਕੈਂਡਲਸ ਹੋਰ ਇਹ ਤੋਂ 27500 ਵਾਲੇ ਲੈਵਲ ਤੋਂ ਉੱਪਰ ਰਹਿੰਦੀਆਂ ਹੈਗੀਆਂ ਤੇ ਫਿਰ ਆਪਾਂ 29000 30000 ਤੱਕ ਟਾਰਗੇਟ ਲੈ ਕੇ ਚੱਲ ਸਕਦੇ ਹਾਂ ਬਾਕੀ ਇਹਦੇ ਤੋਂ ਬਿਨਾ ਤੁਹਾਡੇ ਕਈ ਸਵਾਲ ਆਉਂਦੇ ਹੈਗੇ ਆ ਆਪਣੇ ਟੈਲੀਗ੍ਰam ਦਾ ਗਰੁੱਪ ਹੈਗਾ ਅਰਨਵਿਤ ਕੁਲਵਿੰਦਰ ਤੇ ਇੱਥੇ ਵੀ ਤੁਸੀਂ ਪੋਸਟ ਕਰਦੇ ਹੋ ਤੇ ਆਮ ਵੀ ਮੈਨੂੰ ਕਈ ਮੇਰੇ ਮਿੱਤਰ ਪੁੱਛਦੇ ਰਹਿੰਦੇ ਆ ਵੀ ਆਖਿਰ ਇਹ ਬਿਟਕੋਇਨ ਜਾਂ ਕ੍ਰਿਪਟੋ ਕਰੰਸੀਜ਼ ਹੈ ਕੀ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਹਦੇ ਨਾਲ ਰਿਲੇਟਡ ਆਪਾਂ ਇੱਕ ਵੱਖਰੀ ਸੀਰੀਜ਼ ਬਿਲਕੁਲ ਬੇਸਿਕ ਤੋਂ ਸ਼ੁਰੂ ਕਰਾਂਗੇ ਜਿਹਦੇ ਵਿੱਚ ਸਭ ਕੁਝ ਦੱਸਣ ਦੀ ਮੈਂ ਕੋਸ਼ਿਸ਼ ਕਰਾਂਗਾ ਕਿ ਕ੍ਰਿਪਟੋ ਕਰੰਸੀ ਹੈ ਕੀ ਚੀਜ਼ ਕਿਵੇਂ ਆਪਾਂ ਇਹਦੇ ਵਿੱਚ ਇਨਵੈਸਟ ਕਰ ਸਕਦੇ ਆ ਜਾਂ ਕਿਵੇਂ ਆਪਾਂ ਇਹਦਾ ਫਾਇਦਾ ਲੈ ਸਕਦੇ ਆ ਤੇ ਬਾਕੀ ਤੁਸੀਂ ਵੀ ਅਰਨਵਿਤ ਕੁਲਵਿੰਦਰ ਜਿਹੜਾ ਇਹ ਆਪਾਂ ਟੈਲੀਗ੍ਰਾਮ ਤੇ ਗਰੁੱਪ ਬਣਾਇਆ ਹੋਇਆ ਹੈ ਇਥੇ ਤੁਸੀਂ ਜੁਆਇਨ ਹੋ ਸਕਦੇ ਹੋ ਤੇ ਆਪਦੇ ਕਿਸੇ ਵੀ ਤਰ੍ਹਾਂ ਦੇ ਕੁਐਸਚਨ ਜਿਹੜੇ ਹੈਗੇ ਆ ਇਥੇ ਪੁੱਛ ਸਕਦੇ ਹੋ। ਕਈ ਮੇਰੇ ਫਰੈਂਡਸ ਨੇ ਇਥੇ ਕੁਐਸਚਨ ਪੁੱਛੇ ਹੋਏ ਆ ਉਹਨਾਂ ਬਾਰੇ 'ਚ ਮੈਂ ਵੀਡੀਓਜ਼ ਪ੍ਰੀਪੇਅਰ ਕਰ ਰਿਹਾ ਤੇ ਬਹੁਤ ਜਲਦੀ ਹੀ ਆਪਣੇ YouTube ਚੈਨਲ ਤੇ ਵਕ-ਵਕ ਵੀਡੀਓਜ਼ ਆ ਜਾਣਗੀਆਂ। ਜਿਹੜੇ ਵੀ ਤੁਸੀਂ ਕੁਐਸਚਨ ਇਥੇ ਪੁੱਟ ਕੀਤੇ ਸੀ ਤੇ ਬਾਕੀ ਵੀ ਹੋਰ ਜਿਹੜੇ ਦੋਸਤ-ਮਿੱਤਰ ਤੁਹਾਡੇ ਕ੍ਰਿਪਟੋ ਕਰੰਸੀ ਵਿੱਚ ਇੰਟਰਸਟ ਰੱਖਦੇ ਹੈਗੇ ਆ ਉਹਨਾਂ ਨੂੰ ਤੁਸੀਂ ਇਸ ਗਰੁੱਪ 'ਚ ਜੁਆਇਨ ਕਰਵਾ ਸਕਦੇ ਹੋ ਤੇ ਉਹ ਵੀ ਇਥੇ ਆਪਦੇ ਕਿਸੇ ਵੀ ਤਰ੍ਹਾਂ ਦੇ ਡਾਊਟ ਕਲੀਅਰ ਕਰ ਸਕਦੇ ਨੇ। ਤੇ ਜੋ ਵੀ ਕ੍ਰਿਪਟੋ ਕਰੰਸੀ ਵਿੱਚ ਜਿਸ ਵੀ ਤਰ੍ਹਾਂ ਦੀ ਕੋਈ ਅਪਡੇਟ ਆਉਂਦੀ ਹੁੰਦੀ ਹੈ ਕੋਈ ਵੀ ਲੇਟੈਸਟ ਅਪਡੇਟ ਤੇ ਸਭ ਤੋਂ ਪਹਿਲਾਂ ਮੈਂ ਕੋਸ਼ਿਸ਼ ਕਰਦਾ ਕਿ ਇੱਥੇ ਹੀ ਪੋਸਟ ਕਰਾਂ ਤੇ ਬਾਕੀ ਬਹੁਤ ਜਲਦੀ ਆਪਾਂ ਉਹੀ ਜਿਹੜੇ ਬੇਸਿਕ ਚੀਜ਼ਾਂ ਹੁੰਦੀਆਂ ਨੇ ਕ੍ਰਿਪਟੋ ਕਰੰਸੀ ਵਿੱਚ ਉਹਨਾਂ ਨਾਲ ਰਿਲੇਟਡ ਇੱਕ ਸੀਰੀਜ਼ ਬਣਾਉਂ ਜਾ ਰਹੇ ਹਾਂ ਤੇ ਤੁਸੀਂ ਮੇਰੇ ਇਸ ਚੈਨਲ ਨਾਲ ਜੁੜੇ ਰਹੋ ਤੇ ਜੇਕਰ ਤੁਸੀਂ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਜਰੂਰ ਸਬਸਕ੍ਰਾਈਬ ਕਰ ਲਵੋ ਤੇ ਜੋ ਬੈਲ ਆਈਕਨ ਹੈ ਉਹਨੂੰ ਵੀ ਜਰੂਰ ਪ੍ਰੈਸ ਕਰ ਦੇਵੋ ਕਿਉਂਕਿ ਜਦੋਂ ਵੀ ਮੈਂ ਕੋਈ ਨਵੀਂ ਵੀਡੀਓ ਇੱਥੇ ਪੋਸਟ ਕਰਾਂ ਤੋਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਉਸੇ ਵੇਲੇ ਨਾਲ ਦੀ ਨਾਲ ਮਿਲ ਜਾਵੇ ਤਾਂ ਅੱਜ ਦੀ ਵੀਡੀਓ ਚ ਐਨਾਈ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤੈਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਵੱਤਵਤ ਕਮੈਂਟ ਕਰੋ ਥੈਂਕ ਯੂ